ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਦੀ ਪਿਆਰੀ ਸਾਧ ਸੰਗਤ, ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਾਈਵ। ਇੱਕ ਘੋੜਿਆਂ ਦਾ ਮਾਲਕ ਸੀ, ਉਸਦੇ ਫਾਰਮਾਂ ਦੇ ਵਿੱਚ ਬਹੁਤ ਸਾਰੇ ਘੋੜੇ ਰਹਿੰਦੇ ਸਨ। ਫਿਰ ਇੱਕ ਦਿਨ ਆਇਆ, ਉਹਨੇ ਇੱਕ ਇੱਕ ਕਰਕੇ ਸਾਰੇ ਵੇਚਣੇ ਸ਼ੁਰੂ ਕਰ ਦਿੱਤੇ ਅਤੇ ਉਸਨੇ ਦੋ ਬਹੁਤ ਚੋਟੀ ਦੇ ਘੋੜੇ ਆਪਣੇ ਕੋਲ ਰੱਖ ਲਏ। ਦੋਵੇਂ ਚਿੱਟੇ ਰੰਗ ਦੇ ਸਨ, ਬਹੁਤ ਹੀ ਪਿਆਰੇ, ਇੱਕੋ ਜਿਹੇ ਕੱਦ, ਦੂਰੋਂ ਵੇਖਣ ਨੂੰ ਲੱਗਦਾ ਕਿ ਇੱਕੋ ਜਿਹੇ ਨੇ, ਪਰ ਨੇੜੇ ਜਾ ਕੇ ਪਤਾ ਲੱਗਦਾ ਕਿ ਇੱਕ ਘੋੜਾ ਉਹਨਾਂ ਦੇ ਵਿੱਚੋਂ ਅੰਨਾ ਘੋੜਾ ਸੀ। ਅੰਨਾ ਹੋਣ ਦੇ ਬਾਵਜੂਦ ਵੀ ਉਸ ਫਾਰਮ ਦੇ ਮਾਲਕ ਨੇ ਉਸਨੂੰ ਕਦੇ ਵੀ ਆਪਦੇ ਫਾਰਮ ਤੋਂ ਕੱਢਣ ਬਾਰੇ ਸੋਚਿਆ ਨਹੀਂ, ਬਲਕਿ ਉਹਨੂੰ ਬਹੁਤ ਜ਼ਿਆਦਾ ਸੁਰੱਖਿਆ ਦੇ ਨਾਲ ਰੱਖਦਾ ਅਤੇ ਉਹਨੂੰ ਬਾਕੀ ਘੋੜਿਆਂ ਦੇ ਨਾਲੋਂ ਉਹਨੇ ਹਮੇਸ਼ਾ ਜ਼ਿਆਦਾ ਆਰਾਮ ਦੇ ਨਾਲ ਰੱਖਿਆ ਸੀ। ਹੁਣ ਧਿਆਨ ਨਾਲ ਜੇ ਕੋਈ ਹੋਰ ਨੇੜੇ ਜਾ ਕੇ ਵੇਖਦਾ ਸੀ ਤਾਂ ਉਹਨੂੰ ਪਤਾ ਲੱਗਦਾ ਸੀ ਕਿ ਇਹਨਾਂ ਦੋਵਾਂ ਘੋੜਿਆਂ ਦਾ ਇਹੀ ਫਰਕ ਹੈ, ਇੱਕ ਅੰਨਾ ਘੋੜਾ ਹੈ ਅਤੇ ਜਿਹੜਾ ਦੂਜਾ ਹੈ ਉਹਦੇ ਗਲ ਵਿੱਚ ਇੱਕ ਟੱਲੀ ਪਾਈ ਹੋਈ ਹੈ। ਇਹ ਟੱਲੀ ਕਿਉਂ ਪਾਈ ਹੋਈ ਸੀ ਉਸ ਮਾਲਕ ਨੇ? ਉਸਨੇ ਇਸ ਕਰਕੇ ਪਾਈ ਸੀ ਕਿ ਜਿਹੜਾ ਘੋੜਾ ਦੇਖ ਸਕਦਾ ਹੈ ਉਹ ਜਿੱਧਰ ਨੂੰ ਤੁਰਿਆ ਜਾਵੇਗਾ ਟੱਲੀ ਦੀ ਆਵਾਜ਼ ਖੜਕੇਗੀ, ਆਵਾਜ਼ ਆਵੇਗੀ ਅਤੇ ਅੰਨੇ ਘੋੜੇ ਨੂੰ ਪਤਾ ਲੱਗਦਾ ਰਹੇਗਾ, ਉਹਦੇ ਪਿੱਛੇ ਪਿੱਛੇ ਤੁਰਿਆ ਫਿਰੇਗਾ, ਉਹ ਉਸਦੀ ਵਜ੍ਹਾ ਨਾਲ ਘਾਹ ਖਾ ਲਵੇਗਾ, ਸੁਰੱਖਿਅਤ ਰਹੇਗਾ, ਕਿਤੇ ਡਿੱਗੇਗਾ ਨਹੀਂ। ਜਿੱਥੇ ਉਸਨੇ ਦਿਨੇ ਜਾਣਾ ਹੈ ਦਿਨੇ ਉਹਦੇ ਪਿੱਛੇ ਰਹੇਗਾ, ਜਿੱਥੇ ਰਾਤ ਨੂੰ ਜਾ ਕੇ ਪੈਣਾ ਹੈ ਆਰਾਮ ਕਰਨਾ ਹੈ ਉੱਥੇ ਜਾ ਕੇ ਉਸਦੇ ਪਿੱਛੇ ਪੈ ਜਾਵੇਗਾ, ਆਰਾਮ ਕਰੇਗਾ। ਉਹ ਜਿਹੜੇ ਘੋੜੇ ਦੇ ਗਲ ਵਿੱਚ ਟੱਲੀ ਸੀ ਉਹ ਵੀ ਬਹੁਤ ਸਮਝਦਾਰ ਸੀ, ਸਿਆਣਾ ਸੀ, ਆਪਦੇ ਅੰਨੇ ਮਿੱਤਰ ਦੀ ਪਰੇਸ਼ਾਨੀ ਸਮਝਦਾ ਸੀ। ਉਹ ਜਦੋਂ ਕਿਤੇ ਚੜ੍ਹਦਾ ਸੀ ਤਾਂ ਵਾਰ ਵਾਰ ਥੋੜ੍ਹੇ ਥੋੜ੍ਹੇ ਸਮੇਂ ਬਾਅਦ ਪਿੱਛੇ ਮੁੜ ਕੇ ਵੇਖਿਆ ਕਰਦਾ ਸੀ, ਸੁਨਿਸ਼ਚਿਤ ਕਰਦਾ ਸੀ ਕਿ ਉਹ ਕਿਤੇ ਰਾਹ ਤਾਂ ਨਹੀਂ ਭਟਕ ਗਿਆ, ਉਹ ਠੀਕ ਠਾਕ ਤਾਂ ਹੈ, ਕਿਤੇ ਡਿੱਗ ਤਾਂ ਨਹੀਂ ਗਿਆ, ਉਹ ਸੁਰੱਖਿਅਤ ਤਾਂ ਹੈ। ਅਤੇ ਵਾਪਸੀ ਦੇ ਸਮੇਂ ਜਦੋਂ ਆਰਾਮ ਵਾਲੀ ਸਥਾਨ 'ਤੇ ਜਾਂਦੇ ਸਨ ਉਹ ਦੇਖਦਾ ਸੀ ਕਿ ਪਹਿਲਾਂ ਮੇਰਾ ਮਿੱਤਰ, ਅੰਨਾ ਮਿੱਤਰ ਆਰਾਮਦਾਰੀ ਦੇ ਨਾਲ ਬੈਠ ਜਾਵੇ, ਫਿਰ ਹੀ ਮੈਂ ਲੇਟਾਂਗਾ, ਫਿਰ ਹੀ ਮੈਂ ਆਰਾਮ ਕਰਾਂਗਾ। ਹੁਣ ਇਸ ਕਹਾਣੀ ਤੋਂ ਸਾਨੂੰ ਕੀ ਸਿੱਖਣ ਨੂੰ ਮਿਲਦਾ ਹੈ? ਸਾਨੂੰ ਸਿੱਖਣ ਨੂੰ ਮਿਲਦਾ ਹੈ ਕਿ ਉਸ ਫਾਰਮ ਦੀ ਮਾਲਕ ਦੀ ਤਰ੍ਹਾਂ ਜਿਹੜਾ ਭਗਵਾਨ ਹੈ, ਜਿਹੜਾ ਈਸ਼ਵਰ ਹੈ, ਜਿਹੜਾ ਸਾਡਾ ਮਾਲਕ ਹੈ, ਉਹ ਸਾਨੂੰ ਕਦੇ ਵੀ ਚੰਗੇ ਮਾੜੇ ਹਾਲਾਤਾਂ ਦੇ ਵਿੱਚ ਐਵੇਂ ਨਹੀਂ ਛੱਡ ਦਿੰਦੇ। ਇਹ ਨਹੀਂ ਕਿ ਜਿਵੇਂ ਉਹ ਘੋੜਾ ਅੰਨਾ ਹੋ ਗਿਆ ਸੀ ਅਤੇ ਉਸ ਫਾਰਮ ਦੇ ਮਾਲਕ ਨੇ ਬਾਹਰ ਕੱਢ ਦੇਣਾ ਸੀ। ਇਸੇ ਤਰੀਕਾ ਈਸ਼ਵਰ ਜਦੋਂ ਸਾਡੇ 'ਤੇ ਮਾੜਾ ਦੌਰ ਆਉਂਦਾ, ਇਹਦਾ ਮਤਲਬ ਇਹ ਨਹੀਂ ਉਹ ਸਾਨੂੰ ਛੱਡ ਦਿੰਦੇ ਨੇ। ਸਾਡੇ ਅੰਦਰ ਦੀਆਂ ਦੋਸ਼, ਸਾਡੇ ਅੰਦਰ ਦੀਆਂ ਕਮੀਆਂ ਵੇਖ ਕੇ ਉਹ ਸਾਡੇ ਤੋਂ ਮੂੰਹ ਨਹੀਂ ਮੋੜਦੇ। ਉਹ ਸਮੇਂ ਸਮੇਂ 'ਤੇ ਸਾਡੀ ਮਦਦ ਕਰਨ ਲਈ ਕਿਤੇ ਇਨਸਾਨ ਨੂੰ ਭੇਜਦੇ ਨੇ ਜਾਂ ਕਿਤੇ ਕਿਤੇ ਸਾਨੂੰ ਸੰਦੇਸ਼ ਭੇਜ ਦਿੰਦੇ ਨੇ। ਸਾਨੂੰ ਸਮੇਂ ਸਮੇਂ 'ਤੇ ਉਹ ਸਾਡੀ ਮਦਦ ਕਰਦੇ ਰਹਿੰਦੇ ਨੇ। ਭਗਵਾਨ ਆਪ ਸਾਡੇ ਕੋਲ ਆਉਂਦੇ ਨੇ ਵੱਖ ਵੱਖ ਰੂਪਾਂ ਦੇ ਵਿੱਚ, ਅਸੀਂ ਐਵੇਂ ਨਿੱਕੀ ਨਿੱਕੀ ਗੱਲ 'ਤੇ ਉਹਨਾਂ ਨੂੰ ਦੋਸ਼ ਦਿੰਦੇ ਰਹਿੰਦੇ ਹਾਂ। ਜਿਵੇਂ ਉਸ ਅੰਨੇ ਘੋੜੇ ਦੇ ਮਿੱਤਰ ਦੇ ਗਲ ਵਿੱਚ ਟੱਲੀ ਸੀ ਨਾ, ਬਿਲਕੁਲ ਭਗਵਾਨ ਵੀ ਕਿਸੇ ਨਾ ਕਿਸੇ ਦੇ ਹੱਥ ਟੱਲੀ ਦੇ ਕੇ ਸਾਡੀਆਂ ਪਰੇਸ਼ਾਨੀਆਂ ਹਰ ਕਰ ਲੈਂਦੇ ਨੇ, ਸਾਡੀ ਮਦਦ ਕਰਨ ਲਈ ਆਉਂਦੇ ਨੇ। ਪਰ ਗੱਲ ਕੀ ਹੈ, ਅਸੀਂ ਸਿਰਫ ਅਤੇ ਸਿਰਫ ਕੋਸਣਾ ਸਿੱਖਿਆ ਹੈ। ਅਸੀਂ ਮਾੜੇ ਤੋਂ ਮਾੜੇ ਦੌਰ ਦੇ ਵਿੱਚ ਹੋਈਏ, ਭੈੜੇ ਤੋਂ ਭੈੜੇ ਸਮੇਂ ਦੇ ਵਿੱਚ ਵੀ ਹੋਈਏ ਨਾ, ਤੁਸੀਂ ਵੇਖੋ ਹਮੇਸ਼ਾ ਇਨਸਾਨ ਨੂੰ ਚੰਗੇ ਪਾਸੇ ਨੂੰ ਜਾਣ ਦਾ ਮੌਕਾ ਮਿਲ ਜਾਂਦਾ ਹੈ। ਭਾਵੇਂ ਉਹ ਜਿਵੇਂ ਦਾ ਮਰਜ਼ੀ ਹੋਵੇ, ਭਾਵੇਂ ਲੱਖ ਬੇਸ਼ੁਕਰਾ ਹੋਵੇ, ਭਾਵੇਂ ਪਰਮਾਤਮਾ ਨੂੰ ਸਾਰਾ ਦਿਨ ਕੋਸਦਾ ਰਹਿੰਦਾ ਹੋਵੇ, ਹਰੇਕ ਇਨਸਾਨ ਮਾੜੇ ਸਮੇਂ ਤੋਂ ਬਾਹਰ ਨਿਕਲ ਆਉਂਦਾ ਹੈ। ਉਹਨੂੰ ਪਰਮਾਤਮਾ ਦੀ ਕਿਸੇ ਨਾ ਕਿਸੇ ਜ਼ਰੀਏ ਨਾਲ, ਕਿਸੇ ਨਾ ਕਿਸੇ ਬੰਦੇ ਤੋਂ ਜਾਂ ਕਿਸੇ ਵੀ ਤਰੀਕੇ ਤੋਂ ਕਾਰਨ ਬਣ ਕੇ ਉਸਦਾ ਹੱਥ ਫੜ ਕੇ, ਉਸਨੂੰ ਆਪਦੀ ਉਂਗਲੀ ਫੜਾ ਕੇ ਉਸ ਮਾੜੇ ਸਮੇਂ ਤੋਂ ਬਾਹਰ ਕੱਢ ਲੈਂਦੇ ਨੇ। ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਮਾੜੇ ਸਮੇਂ ਦੇ ਵਿੱਚ ਡੋਲਣ ਦੀ ਲੋੜ ਨਹੀਂ, ਪਰਮਾਤਮਾ ਨੇ ਸਾਡੀ ਸੋਚਣ ਤੋਂ ਜ਼ਿਆਦਾ ਸਾਡੇ ਲਈ ਸੋਚ ਰੱਖਿਆ ਹੈ।